Hello students, today I am going to start our next lesson, lesson number 4, structure of the atom. So let's start. In chapter 3, we have learned that atoms and molecules are the fundamental building blocks of matter. बच्चों लैसन नंबर 3 ਦੇ ਵਿੱਚ ਆਪਾਂ ਪੜ ਚੁੱਕੇ ਆ ਐਟਮਸ ਐਂਡ ਮੋਲੀਕਿਊਲਸ ਜਿਹੜੇ ਹੁੰਦੇ ਆ ਉਹ ਫੰਡਾਮੈਂਟਲ ਬਲੌਕਸ ਹੁੰਦੇ ਆ ਮੈਟਰ ਦੇ ਠੀਕ ਆ ਮੈਟਰ ਜਿਹੜੀ ਆ ਇਹਨਾਂ ਦੋਨਾਂ ਤੋਂ ਮਿਲ ਕੇ ਬਣਦੀ ਆ ਦ ਐਗਜ਼ਿਸਟੈਂਸ ਆਫ ਡਿਫਰੈਂਟ ਕਾਈਂਡਸ ਆਫ ਮੈਟਰ ਇਜ਼ ਡਿਊ ਟੂ ਡਿਫਰੈਂਟ ਐਟਮ ਕੰਸਟੀਟਿਊਟਿੰਗ ਦੈਮ ਜਿਹੜੀ ਅਸੀਂ ਆਪਣੇ ਆਲੇ ਦੁਆਲੇ ਡਿਫਰੈਂਟ ਕਾਈਂਡਸ ਆਫ ਮੈਟਰ ਦੇਖਦੇ ਆ ਉਹ ਕਿਉਂ ਆ ਬਿਕੋਜ਼ ਉਹਦੇ ਵਿੱਚ ਕੀ ਆ ਵੱਖੋ ਵੱਖਰੇ ਐਟਮਸ ਦੇ ਕੰਸਟੀਟਿਊਟ ਪ੍ਰੈਜ਼ੈਂਟ ਹੁੰਦੇ ਆ ਨਾਓ ਦਾ ਕੁਐਸਚਨ ਅਰਾਈਜ਼ What makes the atom of one element different from the atom of another element? जिस तरह बच्चों लास्ट चैप्टर ਦੇ ਵਿੱਚ ਆਪਾਂ ਡਾਲਟਨ ਐਟੋਮਿਕ ਬਾਰੇ ਪੜ੍ਹਿਆ ਸੀ ਠੀਕ ਆ ਉਸ ਥਿਊਰੀ ਦੇ ਜਿਹੜੇ ਮੇਨ ਪੋਸਟੂਲੇਟਸ ਜਿਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਇੱਕ ਐਲੀਮੈਂਟ ਦੇ ਜਿਹੜੇ ਐਟਮ ਆ ਦੂਸਰੇ ਐਟਮ ਐਲੀਮੈਂਟ ਦੇ ਐਟਮਸ ਨਾਲੋਂ ਡਿਫਰੈਂਟ ਹੁੰਦੇ ਆ ਸੋ ਕੁਐਸਚਨ ਇਹ ਆ ਕਿ ਉਹ ਡਿਫਰੈਂਟ ਕਿਉਂ ਹੁੰਦੇ ਆ ਆਰ ਐਟਮਸ ਰੈਲੀ ਇਨਵਿਜ਼ੀਬਲ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਜਿਹੜੇ ਐਟਮਸ ਹੁੰਦੇ ਉਹ ਇਨਡਿਵਿਜ਼ੀਬਲ ਹੁੰਦੇ ਆ ਆਪਾਂ ਉਹਨਾਂ ਨੂੰ ਡਿਵਾਈਡ ਨਹੀਂ ਕਰ ਸਕਦੇ ਐਜ਼ ਪ੍ਰਪੋਜ਼ਡ ਬਾਈ ਡਾਲਟਨ ਔਰ ਆਰ ਦੇ ਸਮਾਲਰ ਕੰਸਟੀਟਿਊਂਟਸ ਇਨਸਾਈਡ ਦਾ ਐਟਮ ਸੋ ਕੀ ਵਾਕਈ ਉਹ ਇਨਡਿਵਿਜ਼ੀਬਲ ਹੁੰਦੇ ਆ ਜਾਂ ਫਿਰ ਉਹਨਾਂ ਦੇ ਵਿੱਚ ਕੁਝ ਛੋਟੇ ਛੋਟੇ ਕੰਸਟੀਟਿਊਟ ਜਿਹੜੇ ਆ ਹੋਰ ਪ੍ਰੈਜ਼ੈਂਟ ਹੁੰਦੇ ਆ ਵੀ ਸ਼ੈਲ ਫਾਈਂਡ ਆਊਟ ਦਾ ਆਨਸਰਸ ਟੂ ਦੀਸ ਕੁਐਸਚਨ ਇਨ ਦਿਸ ਚੈਪਟਰ ਔਰ ਇਹਨਾਂ ਇਸ ਚੈਪਟਰ ਦੇ ਵਿੱਚ ਆਪਾਂ ਇਹਨਾਂ ਕੁਐਸਚਨਸ ਦੇ ਕੀ ਆ ਜਿਹੜੇ ਆਨਸਰ ਉਹ ਫਾਈਂਡ ਕਰਾਂਗੇ ਸੋ ਵੀ ਵਿਲ ਲਰਨ ਅਬਾਊਟ ਦਾ ਸਬ ਐਟੋਮਿਕ ਪਾਰਟੀਕਲਸ ਐਂਡ ਦਾ ਵੇਰੀਅਸ ਮਾਡਲਸ ਦੈਟ ਹੈਵ ਬੀਨ ਪ੍ਰਪੋਜ਼ਡ ਟੂ ਐਕਸਪਲੇਨ ਹਾਊ ਦੀਸ ਪਾਰਟੀਕਲਸ ਆਰ ਅਰੇਂਜਡ ਵਿਦ ਇਨ ਦਾ ਐਟਮ ਸੋ ਇਸ ਚੈਪਟਰ ਦੇ ਵਿੱਚ ਆਪਾਂ ਇਹ ਪੜ੍ਹਾਂਗੇ ਕਿ ਐਟਮਸ ਦੇ ਅੱਗੋਂ ਨੈਕਸਟ ਸਬ ਐਟੋਮਿਕ ਪਾਰਟੀਕਲਸ ਕਿਹੜੇ ਕਿਹੜੇ ਹੁੰਦੇ ਆ ਠੀਕ ਆ ਸਬ ਐਟੋਮਿਕ ਬੱਚੋ ਕਿ ਜੇ ਉਹਦੀ ਫਰਦਰ ਡਿਵੀਜ਼ਨ ਹੁੰਦੀ ਹੈ ਤਾਂ ਉਹਦੇ ਸਬ ਐਟੋਮਿਕ ਪਾਰਟੀਕਲਸ ਕਿਹੜੇ ਨੇ ਔਰ ਕਿਹੜੇ ਕਿਹੜੇ ਮਾਡਲਸ ਆ ਕਿਹੜੀਆਂ ਕਿਹੜੀਆਂ ਥਿਊਰੀਜ਼ ਆ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਐਟਮ ਦੀ ਐਗਜ਼ੈਕਟ ਮਤਲਬ ਉਹਦੀ ਜਿਹੜੀ ਸਟਰਕਚਰ ਆ ਉਹ ਕੀ ਹੁੰਦੀ ਹੈ ਠੀਕ ਆ ਸੋ ਅ ਮੇਜਰ ਚੈਲੰਜ ਬਿਫੋਰ ਦਾ ਸਾਇੰਟਿਸਟ ਐਟ ਦ ਐਂਡ ਆਫ ਦ 19th ਸੈਂਚਰੀ ਵਾਸ ਟੂ ਰਿਵੀਲ ਦਾ ਸਟਰਕਚਰ ਆਫ ਦ ਐਟਮ ਐਸ ਵੈਲ ਐਸ ਟੂ ਐਕਸਪਲੇਨ ਇਟਸ ਇੰਪੋਰਟੈਂਟ ਪ੍ਰੋਪਰਟੀਜ਼ 19ਵੀਂ ਸਦੀ ਦੇ ਵਿੱਚ ਜਿੰਨੇ ਵੀ ਸਾਇੰਟਿਸਟ ਸੀ ਉਹਨਾਂ ਵਾਸਤੇ ਇੱਕ ਚੈਲੰਜ ਸੀ ਚੈਲੰਜ ਕੀ ਸੀ ਕਿ ਉਹ ਰਿਵੀਲ ਕਰ ਸਕਣ ਕਿ ਐਟਮ ਦੀ ਐਗਜ਼ੈਕਟ ਸਟਰਕਚਰ ਕਿਸ ਤਰ੍ਹਾਂ ਦੀ ਹੁੰਦੀ ਹੈ ਠੀਕ ਆ ਔਰ ਇਹਦੀਆਂ ਇੰਪੋਰਟੈਂਟ ਪ੍ਰੋਪਰਟੀਜ਼ ਕੀ ਹੁੰਦੀਆਂ ਨੇ ਜਿਸ ਤਰ੍ਹਾਂ ਬੱਚੇ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਐਟਮਸ ਹਰ ਕਿਤੇ ਪ੍ਰੈਜੈਂਟ ਆ ਜਿਹੜਾ ਅੰਟਾਇਰ ਵਰਲਡ ਆ ਇਟ ਇਜ਼ ਮੇਡ ਅਪ ਆਫ ਐਟਮ ਸੋ ਦ ਲੋਕੇਸ਼ਨ ਆਫ ਦ ਸਟਰਕਚਰ ਆਫ ਦ ਐਟਮ ਇਜ਼ ਬੇਸਡ ਔਨ ਅ ਸੀਰੀਜ਼ ਆਫ ਐਕਸਪੈਰੀਮੈਂਟਸ ਸੋ ਇਹ ਮਤਲਬ ਇੱਕ ਇੱਦਾਂ ਨਹੀਂ ਸੀ ਕਿ ਸਿਰਫ ਇੱਕ ਅੱਧੇ ਐਕਸਪੈਰੀਮੈਂਟ ਦੇ ਨਾਲ ਮਤਲਬ ਪਤਾ ਚੱਲ ਜਾਂਦਾ ਜਾਂ ਇੱਕ ਅੱਧੀ ਥਿਊਰੀ ਦੇ ਨਾਲ ਸਾਨੂੰ ਇਹ ਸਭ ਕੁਝ ਐਕਸਪਲੇਨ ਹੋ ਜਾਂਦਾ ਇਹ ਮਤਲਬ ਬਹੁਤ ਲੰਬੀ ਸੀਰੀਜ਼ ਐਕਸਪੈਰੀਮੈਂਟਸ ਦੀ ਜਿਹਦੇ ਵਿੱਚ ਸਾਨੂੰ ਕੀ ਆ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਕਰਕੇ ਐਟਮਸ ਬਾਰੇ ਪਤਾ ਲੱਗਦਾ ਹੈ ਵਨ ਆਫ ਦ ਫਸਟ ਇੰਡੀਕੇਸ਼ਨ ਦੈਟ ਐਟਮਸ ਆਰ ਨਾਟ ਇੰਡੀਵਿਜ਼ੀਬਲ ਕਮਸ ਫਰੋਮ ਸਟੱਡਿੰਗ ਸਟੈਟਿਕ ਇਲੈਕਟ੍ਰਿਸਿਟੀ ਐਂਡ ਦ ਕੰਡੀਸ਼ਨ ਅੰਡਰ ਵਿੱਚ ਇਲੈਕਟ੍ਰਿਸਿਟੀ ਇਜ਼ ਕੰਡਕਟਡ ਬਾਈ ਡਿਫਰੈਂਟ ਸਬਸਟਾਂਸਿਸ ਜਿਹੜੀ ਸਭ ਤੋਂ ਪਹਿਲੀ ਇੰਡੀਕੇਸ਼ਨ ਸੀ ਜਿੱਥੋਂ ਸਾਨੂੰ ਇਹ ਪਤਾ ਲੱਗਾ ਸੀ ਕਿ ਜਿਹੜੇ ਐਟਮਸ ਆ ਉਹ ਇੰਡੀਵਿਜ਼ੀਬਲ ਨਹੀਂ ਹੁੰਦੇ ਉਹ ਕਿੱਥੋਂ ਆਏ ਸੀ ਕਿਹਦੀ ਸਟੱਡੀ ਕਰਨ ਦੇ ਨਾਲ ਸਟੈਟਿਕ ਇਲੈਕਟ੍ਰਿਸਿਟੀ ਦੀ ਸਟੱਡੀ ਕਰਨ ਦੇ ਨਾਲ ਔਰ ਉਹ ਕੰਡੀਸ਼ਨਸ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਸੀ ਕਿ ਜਿਹੜੀ ਇਲੈਕਟ੍ਰਿਸਿਟੀ ਆ ਉਹ ਵੱਖੋ ਵੱਖਰੇ ਸਬਸਟਾਂਸਿਸ ਦੁਆਰਾ ਕੰਡਕਟ ਹੁੰਦੀ ਹੈ ਨੈਕਸਟ ਆ ਚਾਰਜ ਪਾਰਟੀਕਲਸ ਇਨ ਮੈਟਰ ਮੈਟਰ ਦੇ ਵਿੱਚ ਚਾਰਜ ਪਾਰਟੀਕਲਸ ਹੁੰਦੇ ਨੇ ਫੋਰ ਅੰਡਰਸਟੈਂਡਿੰਗ ਦ ਨੇਚਰ ਆਫ ਚਾਰਜ ਪਾਰਟੀਕਲਸ ਇਨ ਮੈਟਰ ਲੈਟ ਅਸ ਕੈਰੀ ਆਊਟ ਦ ਫੋਲੋਇੰਗ ਐਕਟੀਵਿਟੀਜ਼ ਠੀਕ ਆ ਦੋ ਐਕਟੀਵਿਟੀਜ਼ ਆ ਤੁਸੀਂ ਇਹਨੂੰ ਖੁਦ ਟਰਾਈ ਕਰ ਸਕਦੇ ਜੋ ਜਿਵੇਂ ਫਸਟ ਆ ਕੌਮ ਡਰਾਈ ਹੇਅਰ ਡਸ ਦ ਕੌਮ ਦੈਨ ਅਟਰੈਕਟ ਸਮਾਲ ਪੀਸਿਸ ਆਫ ਪੇਪਰ ਜਿਸ ਤਰ੍ਹਾਂ ਬੱਚੇ ਕਿ ਆਪਾਂ ਕੌਮ ਕਰਦੇ ਹਾਂ ਠੀਕ ਆ ਆਪਣੇ ਡਰਾਈ ਹੇਅਰਸ ਨੂੰ ਉਸ ਤੋਂ ਬਾਅਦ ਛੋਟੇ ਛੋਟੇ ਜਿਹੜੇ ਪੀਸ ਹੁੰਦੇ ਆ ਨਾ ਪੇਪਰ ਦੇ ਤੁਸੀਂ ਉਹਨਾਂ ਨੂੰ ਮਤਲਬ ਆਪਣੀ ਕੌਮ ਦੇ ਨਾਲ ਚੁੱਕਣ ਦੀ ਕੋਸ਼ਿਸ਼ ਕਰੋ ਕਿ ਵਾਕਈ ਪੀਸ ਆਫ ਪੇਪਰ ਜਿਹੜੇ ਆ ਉਹ ਆਪਣੀ ਕੌਮ ਦੇ ਨਾਲ ਅਟਰੈਕਟ ਹੁੰਦੇ ਆ ਠੀਕ ਆ ਆਫਟਰ ਕੌਮਿੰਗ ਆਵਰ ਡਰਾਈ ਹੇਅਰ ਸੋ ਬਿਫੋਰ ਅ ਰਬਰ ਗਲਾਸ ਰੋਡ ਵਿਦ ਦਾ ਸਿਲਕ ਕਲੋਥ ਐਂਡ ਬਰਿੰਗ ਦਾ ਰੋਡ ਨੀਅਰ ਐਨ ਇਨਫਲੇਟਡ ਬੈਲੂਨ ਸੋ ਅਬਜ਼ਰਵ ਵਟ ਹੈਪਨਸ ਤੁਸੀਂ ਇੱਕ ਗਲਾਸ ਰੋਡ ਲੈਣੀ ਆ ਕੱਚ ਦੀ ਸ਼ਰਟ ਹੁੰਦੀ ਆ ਉਹਨੂੰ ਸਿਲਕ ਕਲੋਥ ਦੇ ਨਾਲ ਚੰਗੀ ਤਰ੍ਹਾਂ ਰਬ ਕਰਨਾ ਉਸ ਤੋਂ ਬਾਅਦ ਤੁਸੀਂ ਉਸ ਰੋਡ ਨੂੰ ਇਨਫਲੇਟਡ ਬਲੂਨ ਲਾਗੇ ਲੈ ਕੇ ਆਉਣਾ ਜਿਹੜਾ ਮਤਲਬ ਫੁੱਲਿਆ ਹੋਇਆ ਠੀਕ ਆ ਅਤੇ ਤੁਸੀਂ ਅਬਜ਼ਰਵ ਕਰੋ ਕਿ ਕੀ ਹੋਏਗਾ ਠੀਕ ਆ ਔਰ ਜਿਹੜੇ ਉਹ ਪਾਰਟੀਕਲਸ ਆ ਜਿਨ੍ਹਾਂ ਨੂੰ ਅਸੀਂ ਕੌਮ ਦੇ ਨਾਲ ਚੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਅਟਰੈਕਟ ਹੋਣਗੇ ਔਰ ਕੌਮ ਦੇ ਨਾਲ ਕੀ ਆ ਚਿਪਕ ਜਾਣਗੇ ਔਰ ਜਦੋਂ ਅਸੀਂ ਗਲਾਸ ਰੋਡ ਨੂੰ ਇਨਫਲੇਟਡ ਬੈਲੂਨ ਲਾਗੇ ਲੈ ਕੇ ਆਵਾਂਗੇ ਉਹ ਕੀ ਹੋਏਗਾ ਫੜ ਜਾਏਗਾ ਸੋ ਫਰੋਮ ਦਿਸ ਐਕਟੀਵਿਟੀ ਕੈਨ ਵੀ ਕੰਕਲੂਡ ਦੈਟ ਔਨ ਰਬਿੰਗ ਟੂ ਓਬਜੈਕਟਸ ਟੂਗੈਦਰ ਦੇ ਬਿਕਮ ਇਲੈਕਟ੍ਰੀਕਲੀ ਚਾਰਜਡ ਜਦੋਂ ਅਸੀਂ ਕਿਸੇ ਦੋ ਚੀਜ਼ਾਂ ਨੂੰ ਰਬ ਕਰਦੇ ਹਾਂ ਠੀਕ ਆ ਔਰ
ਜਿਹੜੇ ਦੋ ਆਬਜੈਕਟ ਰਬਿੰਗ ਦੇ ਨਾਲ ਉਹਨਾਂ ਦੇ ਵਿੱਚ ਕੀ ਆ ਇੱਕ ਇਲੈਕਟ੍ਰੀਕਲੀ ਚਾਰਜਡ ਪ੍ਰੋਡਿਊਸ ਹੁੰਦਾ ਹੈ ਵੇਅਰ ਡਸ ਦਿਸ ਚਾਰਜ ਕਮ ਫਰੋਮ ਇਹ ਚਾਰਜ ਕਿੱਥੋਂ ਆਉਂਦਾ ਹੈ ਦਿਸ ਕੁਐਸਚਨ ਕੈਨ ਬੀ ਆਨਸਰਡ ਬਾਈ ਨੋਇੰਗ ਦੈਟ ਐਨ ਐਟਮ ਇਜ਼ ਡਿਵਿਜ਼ੀਬਲ ਐਂਡ ਕੰਸਿਸਟ ਆਫ ਚਾਰਜ ਪਾਰਟੀਕਲ ਸੋ ਇਸ ਦਾ ਜਿਹੜਾ ਆਨਸਰ ਆ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਜਦੋਂ ਅਸੀਂ ਇਹ ਜਾਣਾਂਗੇ ਕਿ ਜਿਹੜਾ ਐਟਮ ਆ ਉਹ ਡਿਵਿਜ਼ੀਬਲ ਹੁੰਦਾ ਹੈ ਠੀਕ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਪੜ੍ਹ ਚੁੱਕੇ ਕਿ ਉਹ ਇਨਡਿਵਿਜ਼ੀਬਲ ਹੁੰਦਾ ਹੈ ਬਟ ਨੋ ਐਟਮ ਇਜ਼ ਡਿਵਿਜ਼ੀਬਲ ਵੀ ਕੈਨ ਡਿਵਾਈਡ ਇਟ ਸੋ ਉਹਦੇ ਵਿੱਚ ਕੀ ਆ ਚਾਰਜ ਪਾਰਟੀਕਲਸ ਜਿਹੜੇ ਆ ਉਹ ਪ੍ਰੈਸਡ ਹੁੰਦੇ ਆ ਠੀਕ ਆ ਇਸੇ ਕਰਕੇ ਜਦੋਂ ਅਸੀਂ ਆਬਜੈਕਟਸ ਨੂੰ ਰਬ ਕਰਾਂਗੇ ਤਾਂ ਉਹਨਾਂ ਦੇ ਵਿੱਚ ਕੀ ਆ ਚਾਰਜ ਜਿਹੜਾ ਪ੍ਰੋਡਿਊਸ ਹੋਏਗਾ So many scientists contributed in revealing the presence of charged particles in an atom. ਬਹੁਤ ਸਾਰੇ ਸਾਇੰਟਿਸਟ ਸੀ ਜਿਨ੍ਹਾਂ ਨੇ ਮਤਲਬ ਪੂਰੀ ਕੋਸ਼ਿਸ਼ ਕੀਤੀ ਪੂਰਾ ਕੰਟਰੀਬਿਊਟ ਕੀਤਾ ਤਾਂ ਕਿ ਉਹ ਦੱਸ ਸਕਣ ਐਕਸਪਲੇਨ ਕਰ ਸਕਣ ਕਿ ਐਟਮਸ ਦੇ ਵਿੱਚ ਜਿਹੜੇ ਚਾਰਜ ਪਾਰਟੀਕਲਸ ਆ ਉਹ ਪ੍ਰੈਸੈਂਟ ਹੁੰਦੇ ਨੇ ਸੋ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੱਥੇ ਤੱਕ ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕੰਟੀਨਿਊ ਕਰਾਂਗੇ ਸੋ ਆਈ ਹੋਪ ਯੂ ਅੰਡਰਸਟੈਂਡ ਥੈਂਕ ਯੂ ਫਾਰ ਵਾਚਿੰਗ ਵੀਡੀਓ